अचल मूरत अनुभव प्रकाश, अमितो अमितोज कहे जय, कोट इंद्र इंद्राण साहे साहान गणित जय, त्रिपवन महेव सुर नार्य सुर नेत नेत बन त्रिण कहत, त्वय सर्वनाम कथय कवन, कर्म नाम वर्णत समत, मोक उचरै शास्त्र खट, पिंग गिरन चढ़ जाए, अंध लखै बदरो समय, जो काल कृपा कराए, कहाँ बुद्ध प्रभ तुच्छ हमारी, वर्ण सकै महिमा जो तिहारी, हम न सकत कर शब्द तुम्हारी, आप ले हो तुम कथा सुधारी, ज्यों बुलाबो त्यों बोले स्वामी, कुदरत कमण हमारी, साधु संग नानक जस गायो, जो प्रभु की अत प्यारी, साधु संग नानक जस गायो, जो प्रभु की अत प्यारी। श्री वाहिगुरु साहिब जी, आसा महला पहला, काजी गागर देह दोहेली, उपजा बिनसा दुख पाई, एहु जाग सागर दुतर क्यों तरिया, बेन हार गोर पार ना पाई, काजी गागर देह दोहेली, उपद बिनस दुख पाई। वाहे गुरु जी का खालसा, वाहे गुरु जी की फतेह, परम सन्मान जोग चवर शतर तखत दे मालक, प्रगट गुरां की देह प्रताख हार, पतत पावन भगत वत्सल कृपा निदान, जुगो जुग अटल साहिब सतगुरु श्री गुरु ग्रंथ साहिब महाराज साहिब जी दी, परम पवित्र सत संगत हजूरी दे अंदर, नौवें गुरुदेव साहिब सतगुरु श्री गुरु तेग बहादुर साहिब जी महाराज जी दे महान पावन पवित्र वचन बंदगी तप अस्थान गुरुद्वारा साहिब श्री भोरा साहिब जी पातशाही नौवीं विखे, अमृत वेले दे समय तो सजे हुए दीवाना दे हाजरियां भर के दर्शन दिदारे गुरस्थाना दियां सेवावां करके लाह प्राप्त कर रहे गुरु प्यारी खालसा साध संगत जी, साहिबां ने अपार बख्शिश कृपालता कीती है, जो सतगुरां दे बचन कमाउण दा सानू सुभाग सतगुरां ने ही बख्शिया है, क्योंकि गुरु महाराज दी अपनी कृपा दे नाल ही गुरु साहिब दे बचन कमाए जांदे हन। सतगुरु साहिब जी होका दिंदे नित आपां नितनेम दे जो पढ़दे आं, भई प्राप्त मानुख दे हुरिया, गोबिंद मिलन की एह तेरी बरियावर, काज तेरे कितै ना काम, मिल साध संगत पाज केवल नाम। ए महाराज दा सानू सुनेहा है, जो सतगुरु ने सुनेहा दिता है भी साध संगत दे विच मिल के भजन कर, उस सुनेहे उस वचन नू कमाउण दा बल भी महाराज आप ही आप संगतां नू बख्श रहे ने, जो सतगुरु दे वचनां नू कमाउंदे आ साध संगत दियां हाजरियां आप जी भर रहे हो, आसा पूरियां करन वाली पावन बाणी श्री आसा जी दी वार दे कीर्तन
ਸ਼ਕਿਆ ਸਮੇਤ ਗੁਰੂ ਕੇ ਹਜ਼ੂਰੀ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਹਿਬਾਂ ਦਾ ਪਾਵਨ ਲੜੀਵਾਰ ਉਪਦੇਸ਼ ਸਰਵਣ ਕਰੀਏ। ਹਾਜ਼ਰੀ ਭਰੋ, ਸਾਰੀ ਸੰਗਤ ਰਸਨਾ ਕਰੋ, ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹਲਾ ਪਹਿਲਾ, ਕਾਜੀ ਗਾਗਰ ਦੇਹ ਦੁਹੇਲੀ। ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਅੰਗ ਹੈ 355। 355 ਅੰਗ ਤੋਂ ਇਹ ਸ਼ਬਦ ਆਰੰਭ ਹੋ ਕੇ 56 ਦੇ ਸਮਾਪਤ ਹੁੰਦਾ ਹੈ। ਆਸਾ ਰਾਗ ਹੈ। ਆਸਾ ਰਾਗ ਦੇ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਗਤ ਜਲੰਧਰ ਨੂੰ ਤਾਰਨਹਾਰ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੇ ਉਪਦੇਸ਼ ਨੂੰ ਆਪਾਂ ਲੜੀਵਾਰ ਦੀਵਾਨਾਂ ਦੇ ਵਿੱਚ ਸਰਵਣ ਕਰਦੇ ਆ ਰਹੇ ਹਾਂ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕੱਚੀ ਗਾਗਰ ਦਾ ਦ੍ਰਿਸ਼ਟਾਂਤ ਦੇ ਕਰਕੇ ਉਦਾਹਰਣ ਦੇ ਕੇ ਸਰੀਰ ਦੀ ਸੰਸਾਰ ਦੇ ਵਿੱਚ ਅਣਹੋਂਦ ਜਣਾਉਂਦੇ ਨੇ ਵੀ ਇਹ ਸੰਸਾਰ ਦੇ ਵਿੱਚ ਸਰੀਰ ਇਹ ਕਾਇਮ ਨਹੀਂ ਰਹੇਗਾ। ਕਾਚੀ ਗਾਗਰ ਮਹਾਰਾਜ ਕਹਿੰਦੇ ਵੀ ਜਿਵੇਂ ਕੱਚੀ ਗਾਗਰ ਹੁੰਦੀ ਹੈ ਮਿੱਟੀ ਦੀ ਬਣੀ, ਉਹਦੇ ਵਿੱਚ ਪਾਣੀ ਪਾ ਦਿੱਤਾ ਜਾਵੇ ਅਤੇ ਉਹ ਝਾਟੀ ਕਹਿੰਦੇ ਵੀ ਖੁਰ ਜਾਂਦੀ ਹੈ। ਇਸੇ ਪ੍ਰਕਾਰ ਇਹ ਪੰਜਾਂ ਤੱਤਾਂ ਦੀ ਜਿਹੜੀ ਬਣੀ ਹੋਈ ਦੇਹ ਹੈ ਨਾ, ਇਹ ਵੀ ਕੱਚੀ ਗਾਗਰ ਦੀ ਨਿਆਈ ਹੈ। ਜਦੋਂ ਕਾਲ ਰੂਪੀ ਮੌਤ ਰੂਪੀ ਪਾਣੀ ਪੈਂਦਾ ਇਹਦੇ ਝਾਟੀ ਖੁਰ ਜਾਂਦੀ ਹੈ। ਇਹ ਘੜਾ ਸਰੀਰ ਰੂਪੀ, ਇਹ ਸਰੀਰ ਰੂਪੀ ਕੱਚੀ ਗਾਗਰ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ। ਇੱਕ ਤਾਂ ਭੁਲੇਖਾ ਵੀ ਕੱਢਦੇ ਨੇ ਨਾਲ ਹੀ ਸਾਨੂੰ ਉਦਾਹਰਣ ਦੇ ਕੇ ਵੀ ਕਿਤੇ ਭੁਲੇਖਾ ਨਾ ਰਹੇ ਵੀ ਇਹ ਪਤਾ ਨਹੀਂ ਸਰੀਰ ਕਾਇਮ ਰਹਿਣੇ ਹੈ। ਸਰੀਰਾਂ ਦਾ ਤਾਂ ਪਤਾ ਹੀ ਨਹੀਂ ਹੈ ਵੀ ਕਦੋਂ ਇਹ ਓਹਲੇ ਹੋ ਜਾਂਦੇ ਹਨ। ਕਹਿੰਦੇ ਹੀ ਰਹਿ ਜਾਈਦਾ ਹੈ ਕੀ ਹੋਇਆ ਅਜੇ ਤਾਂ, ਕੱਲ੍ਹ ਚੰਗਾ ਭਲਾ ਸੀ, ਅਜੇ ਤਾਂ ਹੁਣ ਮੇਰੇ ਨਾਲ ਗੱਲ ਹੋਈ, ਹਜੇ ਤਾਂ ਮੈਨੂੰ ਉਦੋਂ ਮਿਲਿਆ ਸੀ, ਮੈਨੂੰ ਆਹ ਕਹਿੰਦਾ ਸੀ, ਫਿਰ ਇਹੋ ਕੁਝ ਰਹਿ ਜਾਂਦਾ। ਹੱਥਾਂ ਦੇ ਵਿੱਚੋਂ ਕੱਢ ਕੇ ਲੈ ਜਾਂਦਾ ਹੈ ਕਾਲ। ਸਰੀਰ ਰੂਪੀ ਜਿਹੜੀ ਦੇਹ ਰੂਪੀ ਗਾਗਰ ਹੈ ਨਾ, ਕਾਚੀ ਗਾਗਰ ਦੇਹ ਦੁਹੇਲੀ, ਇਹ ਜਿਹੜੀ ਦੇਹ ਹੈ ਵੀ ਕੱਚੀ ਗਾਗਰ ਦੀ ਨਿਆਈ ਹੈ। ਨਾਸ਼ ਹੁੰਦਿਆਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹਨੂੰ ਚਿਰ ਨਹੀਂ ਲੱਗਦਾ ਅਤੇ ਫਿਰ ਦੁਹੇਲੀ ਇਹ ਦੁਖੀ ਰਹਿੰਦੀ ਹੈ। ਦੁਖੀ ਕਿਵੇਂ ਰਹਿੰਦੀ ਹੈ? ਜਿਹੜੀ ਦੇਵ ਸ਼ਿਸ਼ਟ ਬੁੱਧ ਹੈ ਨਾ, ਦੇਵ ਸ਼ਿਸ਼ਟ ਬੁੱਧ ਤੋਂ ਭਾਵ ਜਿਹੜਾ ਕਹਿਣਾ ਵੀ ਮੈਂ ਦੇਹ ਹਾਂ, ਮੈਂ ਸਰੀਰ ਹਾਂ, ਜਿਹੜਾ ਦੇਹ ਦਾ ਅਧਿਆਸ ਹੈ ਇਹਨੂੰ ਦੇਵ ਸ਼ਿਸ਼ਟ ਬੁੱਧ ਕਹਿ ਦਿੰਦੇ ਹੈ। ਇਹ ਸਦਾ ਦੁਹੇਲੀ ਦੁਖੀ ਰਹਿੰਦੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਦੋਂ ਇਹ ਜਿਹੜੀ ਦੇਹ, ਇਹ ਜਿਹੜੀ ਜਾਂ ਜਿੰਦ ਜਾਂ ਜਿਹੜੀ ਬੁੱਧ ਹੈ ਸਾਡੀ, ਇਹ ਜਨਮ ਸਮੇਂ ਵੀ ਕਹਿੰਦੇ ਵੀ ਦੁਖੀ ਹੁੰਦੀ ਹੈ। ਆ ਜਿਹੜਾ ਸਮਾਂ ਹੁਣ ਚੱਲ ਰਿਹਾ ਹੈ ਇਹਦੇ ਵਿੱਚ ਵੀ ਦੁਖੀ ਹੈ, ਫਿਰ ਜਦੋਂ ਇਹਦਾ ਅੰਤ ਸਮਾਂ ਆਉਂਦਾ ਹੈ ਉਦੋਂ ਵੀ ਇਹ ਦੁਖੀ ਰਹਿੰਦੀ। ਇਸ ਕਰਕੇ ਦੇਹ ਸਦਾ ਦੁਹੇਲੀ ਰਹਿੰਦੀ ਹੈ ਜੰਮਣ ਮਰਨ ਕਰਕੇ। ਕਿਹੜੇ ਕਿਹੜੇ ਦੁੱਖ ਹੈ? ਜੰਮਣ ਸਮੇਂ ਵੀ ਦੁੱਖ ਹੁੰਦਾ ਹੈ, ਫਿਰ ਕਦੀ ਕੰਨ ਦੇ ਵਿੱਚ ਦੁੱਖ ਆ ਗਿਆ ਵੀ ਕੰਨ ਪੀੜ ਹੋ ਗਿਆ, ਕਦੀ ਅੱਖਾਂ ਦੁਖਣ ਲੱਗ ਪਈਆਂ, ਕਦੀ ਹੱਡ ਦੁਖਣ ਲੱਗ ਪਏ, ਕਦੀ ਕੋਈ ਨੁਕਸ ਪੈ ਗਿਆ। ਤਾਂ ਦੇਹ ਜਿਹੜੀ ਰਹਿੰਦੀ ਵੀ ਦੁਹੇਲੀ ਹੈ ਸਦਾ। ਇਹਦੇ ਵਿੱਚ ਜਿਹੜੀ ਜਿੰਦ ਦੇਹ ਵਿਸ਼ਿਸ਼ਟ ਬੁੱਧ ਹੈ ਉਹ ਵੀ ਦੁਹੇਲੀ ਦੁਖੀ ਰਹਿੰਦੀ ਹੈ। ਭਾਵ ਹੈ ਵੀ ਸਰੀਰ ਵੀ ਨਾਸ਼ਵੰਤ ਹੈ, ਪਰ ਇਸ ਦੇਹ ਦੇ ਨਾਲ ਮੋਹ ਕਰਨ ਵਾਲੀ ਜਿਹੜੀ ਬੁੱਧ ਹੈ ਉਹ ਵੀ ਸਦਾ ਦੁਖੀ ਹੋਈ ਰਹਿੰਦੀ। ਭਾਵ ਸਰੀਰਾਂ ਨਾਲ ਪਿਆਰ ਕਰਨਾ ਵੀ ਜਿਹੜਾ ਦੁੱਖ ਦਾ ਹੀ ਕਾਰਨ ਹੈ। ਤੇ ਉਪਜੈ ਬਿਨਸੈ, ਪਦਾਰਥਾਂ ਦੇ ਉਪਜੇ ਪੈਦਾ ਹੋਣ ਦੇ ਭਾਵ ਜਦੋਂ ਕੋਈ ਪਦਾਰਥ ਮਿਲੇ ਉਦੋਂ ਵੀ, ਅਤੇ ਬਿਨਸੈ ਜਦੋਂ ਕੋਈ ਪਦਾਰਥ ਨਾਸ਼ ਹੋਵੇ। ਇਹ ਜਿਹੜੇ ਜੀਵ ਹੈ ਨਾ ਦੁੱਖ ਪਾਈ ਦੁੱਖ ਪਾਉਂਦੇ ਨੇ,
दुख क्यों पाउंदे आ भी जदों कुछ मिले उदों दुख इस करके पाउंदे कि होर मिल जांदा ते बड़ी गल बननी सी ते मिलिया होया जदों नाश हो जाए फिर दुख पाउंदे ने कहिंदे भी हाए मेरा ते आ मैं ते लुट्टिया गया मैं ते मारिया गया जां जीव जिहड़ा है कर्मां दे अनुसार ਇਹ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਦੇ ਵਿੱਚ ਉਪਜੇ ਉਪਜਦਾ ਪੈਦਾ ਹੁੰਦਾ ਹੈ ਅਤੇ ਆਪਣੀ ਉਮਰ ਕਰਮ ਪ੍ਰਲਬਧ ਭੋਗ ਕੇ ਫਿਰ ਨਾਸ਼ ਹੋ ਜਾਂਦਾ ਹੈ। ਨਾਸ਼ ਹੁੰਦਿਆਂ ਜਨਮਦਿਆਂ ਦੁੱਖ ਪਾਈ ਦੋਵਾਂ ਅਵਸਥਾਂ ਦੇ ਵਿੱਚ ਇਹ ਦੁੱਖ ਪਾਉਂਦਾ ਦੁਖੀ ਰਹਿੰਦਾ ਹੈ। ਜਗ ਸਾਗਰ ਦੁੱਤਰ ਕਿਉਂ ਤਰੀਐ। ਮਹਾਰਾਜ ਜੀ ਇਹ ਜਿਹੜਾ ਜੱਗ ਸੰਸਾਰ ਹੈ ਇਹਦੇ ਸਾਗਰ ਸਮੁੰਦਰ ਦੀ ਨਿਆਈ ਹੈ। ਸਾ ਗਰ ਸਾ ਭਾਵ ਗਲਤਾ ਵਿਸ਼ਿਆਂ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ ਇਹ ਸੰਸਾਰ ਸਮੁੰਦਰ। ਬੜਾ ਹੀ ਤਰਨਾ ਦੁੱਤਰ ਹੈ, ਬੜਾ ਹੀ ਇਹ ਤੋਂ ਪਾਰ ਹੋਣਾ ਕਠਿਨ ਹੈ। ਵੱਡੇ ਵੱਡੇ ਗੁਣੀ ਗਿਆਨੀ ਇਹ ਸੰਸਾਰ ਦੇ ਵਿੱਚ ਡੁੱਬ ਗਏ ਨੇ। ਸੰਸਾਰ ਦੇ ਵਿੱਚ ਵੱਡੇ ਵੱਡੇ ਵਿਦਵਾਨ ਅਖਵਾਉਣ ਵਾਲੇ ਉਹਨਾਂ ਦੀ ਬੁੱਧ ਸੰਸਾਰ ਦੇ ਵਿੱਚ ਵਿਸ਼ਿਆਂ ਦੇ ਵਿੱਚ ਗਰਕ ਹੋ ਗਈ ਹੈ ਅਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਇਹ ਕਿਉਂ ਤਰੀਏ, ਕਿਵੇਂ ਕਰਕੇ ਅਸੀਂ ਤਰੀਏ ਮਹਾਰਾਜ, ਅਸੀਂ ਕਿਵੇਂ ਇਹਨਾਂ ਸੰਸਾਰ ਦੇ ਵਿਕਾਰਾਂ ਤੋਂ, ਨਿੰਦਾ ਤੋਂ, ਚੁਗਲੀ ਤੋਂ, ਈਰਖਾ ਤੋਂ, ਦੁਵੈਸ਼ ਤੋਂ ਕਿਵੇਂ ਬਚੀਏ? ਨਹੀਂ ਬਚਿਆ ਜਾਂਦਾ। ਬਹੁਤ ਹੀ ਸਾਧ ਸੰਗਤ ਜੀ ਜਿਹੜਾ ਆਪਣੇ ਆਪ ਨੂੰ ਕੋਈ ਵਿਦਵਾਨ ਵੀ ਖਵਾਉਂਦਾ ਹੋਵੇ, ਕੋਈ ਆਪਣੇ ਆਪ ਨੂੰ ਵੱਡਾ ਖਵਾਉਂਦਾ ਹੋਵੇ, ਜੋ ਕੋਈ ਆਪਣੇ ਆਪ ਨੂੰ ਬਹੁਤ ਵੱਡਾ ਕਛਾਕੜ ਖਵਾਉਂਦਾ ਹੋਵੇ, ਮੇਰੇ ਵਰਗਾ ਕੋਈ ਗੁਣੀ ਕੋਈ ਨਹੀਂ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਸਾਰੇ ਡੁੱਬਦੇ ਵੇਖੇ ਹਨ। ਡੁੱਬਦੇ ਕਾਹਦੇ ਵਿੱਚ ਵੇਖੇ ਨੇ? ਕਹਿੰਦੇ ਸਾਰੇ ਡੁੱਬ ਗਏ, ਕੋਈ ਨਿੰਦਾ 'ਚ, ਕੋਈ ਚੁਗਲੀ 'ਚ, ਕੋਈ ਈਰਖਾ ਦੇ ਵਿੱਚ, ਕੋਈ ਹੰਕਾਰ ਵਿੱਚ ਡੁੱਬ ਗਿਆ। ਕਹਿੰਦੇ ਸੀ ਨਾ ਵੀ ਰਾਵਣ ਬਹੁਤ ਵੱਡਾ ਵਿਦਵਾਨ ਹੈ, ਉਹਨੂੰ ਕਾਮ ਅਤੇ ਹੰਕਾਰ ਲੈ ਕੇ ਬਹਿ ਗਿਆ। ਇਸੇ ਪ੍ਰਕਾਰ ਜਿਹੜੇ ਵੱਡੇ ਵੱਡੇ ਵਿਦਵਾਨ ਨੇ, ਵਿਦਵਤਾ ਹੀ ਉਹਨਾਂ ਨੂੰ ਲੈ ਕੇ ਡੁੱਬ ਜਾਂਦੀ ਹੈ। ਅਤੇ ਇਹ ਸੱਚੇ ਪਾਤਸ਼ਾਹ ਇਹਦੇ ਵਿੱਚੋਂ ਤਾਂ ਬਚਿਆ ਹੀ ਕੋਈ ਨਹੀਂ, ਸਾਰੇ ਹੀ ਰੁੜਦੇ ਜਾ ਰਹੇ ਹਨ। ਜਿਹਦੇ ਵੱਲ ਵੇਖੀਏ ਕਿਸੇ 'ਚ ਨਿੰਦਾ ਹੈ, ਕਿਸੇ 'ਚ ਈਰਖਾ ਹੈ, ਕਿਸੇ ਦੇ ਵਿੱਚ ਕੋਈ ਦੋਸ਼ ਹੈ, ਕਿਸੇ ਵਿੱਚ ਕੋਈ ਹੈ, ਅਸੀਂ ਵੀ ਮਹਾਰਾਜ ਡੁੱਬਦੇ ਜਾ ਰਹੇ ਹਾਂ ਵਿਕਾਰਾਂ ਦੇ ਵਿੱਚ, ਇਹਨੂੰ ਕਿਵੇਂ ਕਰਕੇ ਤਰੀਏ? ਤਰਨਾ ਇਹੀ ਹੈ ਵੀ ਮਹਾਰਾਜ ਇਹਨਾਂ ਵਿਕਾਰਾਂ ਤੋਂ ਕਿਵੇਂ ਕਰਕੇ ਅਸੀਂ ਬਚੀਏ। ਤਾਂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਆਪ ਹੀ ਫਿਰ ਉੱਤਰ ਵੀ ਦਿੰਦੇ ਨੇ। ਪਹਿਲਾਂ ਆਪ ਹੀ ਜਗਿਆਸੂ ਮੁਖ ਦੁਆਰਾ ਸਵਾਲ ਹੋ ਗਿਆ ਵੀ ਕਿਵੇਂ ਤਰੀਏ ਮਹਾਰਾਜ, ਸੰਸਾਰ ਨੂੰ ਕਿਵੇਂ ਬਚੀਏ? ਅਤੇ ਹੁਣ ਆਪ ਹੀ ਕਹਿੰਦੇ ਨੇ ਭਾਈ ਬੇਨਹਾਰ ਗੁਰ, ਜੋ ਵਾਹਿਗੁਰੂ ਅਕਾਲ ਪੁਰਖ ਹਰੀ ਪਰਮੇਸ਼ਰ ਗੁਰੂ ਸਰੂਪ ਹੈ ਨਾ, ਉਸ ਤੋਂ ਬਗੈਰ, ਉਹਦੀ ਸ਼ਰਨ ਪਏ ਤੋਂ ਬਗੈਰ ਸੰਸਾਰ ਤੋਂ ਪਾਰ ਨਹੀਂ ਪੈ ਸਕਦੇ। ਵਾਹਿਗੁਰੂ ਅਕਾਲ ਪੁਰਖ ਜੋ ਗੁਰੂ ਰੂਪ ਹੈ, ਉਹਦੀ ਸ਼ਰਨ ਪੈਣ ਕਰਕੇ, ਉਹਦਾ ਓਟ ਆਸਰਾ ਲੈਣ ਕਰਕੇ ਹੀ ਸੰਸਾਰ ਤੋਂ ਤਰਿਆ ਜਾ ਸਕਦਾ। ਭਾਵ ਰੱਬ ਨੂੰ ਭੁਲਾ ਕੇ ਕਿਸੇ ਦਾ ਬਚਾਅ ਨਹੀਂ ਹੈ, ਪਰਮੇਸ਼ਰ ਨੂੰ ਚਿੱਤ ਵਿੱਚ ਵਸਾ ਕੇ ਹੀ ਬਚ ਸਕਦੇ ਹਾਂ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਮੇਸ਼ਰ ਦੇ ਸਨਮੁਖ ਕਹਿੰਦੇ ਹਨ ਵੀ ਏਦਾਂ ਬੇਨਤੀ ਕਰੋ ਤੁਸੀਂ ਵੀ ਭਾਈ ਵੀ ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਇਹ ਮੇਰੇ ਪਿਆਰੇ, ਤੁਹਾਡੇ ਤੋਂ ਬਗੈਰ ਤਾਂ ਹੋਰ ਕੋਈ ਨਹੀਂ ਹੈ ਮੇਰੀ ਸਾਡੀ ਦ੍ਰਿਸ਼ਟੀ ਦੇ ਵਿੱਚ ਜਿਹੜਾ ਰੱਖਣ ਨੂੰ ਕੋਈ ਸਮਰੱਥ ਹੋਵੇ, ਤੁਹਾਡੇ ਵਰਗਾ ਕੋਈ ਤਰਲੋਕੀ ਦਾ ਮਾਲਕ ਹੋਵੇ। ਤੁਹਾਡੇ ਤੋਂ ਬਗੈਰ ਮਹਾਰਾਜ ਸਾਨੂੰ ਕੋਈ ਪਿਆਰੇ ਜੀ ਹੋਰ ਕੋਈ ਨਹੀਂ ਦਿਖਦਾ। ਫਿਰ ਕਹਿੰਦੇ ਨੇ ਹੇ ਹਰੀ ਵਾਹਿਗੁਰੂ, ਸਭ ਨੂੰ ਹਰੇ ਭਰੇ ਕਰਨ ਵਾਲੇ, ਸਾਰਿਆਂ ਦੇ ਵਿੱਚ ਆਏ ਹੋਏ ਸਭ ਦੇ ਦੁੱਖਾਂ ਨੂੰ ਹਰ ਲੈਣ ਵਾਲੇ ਮਹਾਰਾਜ, ਤੁਹਾਡੇ ਤੋਂ ਬਗੈਰ ਨਾ ਕੋਈ ਪਿੱਛੇ ਸੀ, ਨਾ ਹੁਣ ਹੈ, ਅਤੇ ਨਾ ਹੀ ਹਰੀ ਵਾਹਿਗੁਰੂ ਕੋਈ ਅੱਗੇ ਨੂੰ ਤੁਹਾਡੇ ਤੋਂ ਬਿਨਾਂ ਪੂਰਨ ਸਮਰੱਥ ਵਿਆਪਕ ਹੋਵੇਗਾ। ਰੰਗੀ ਰੂਪੀ ਤੂੰ ਹੈ ਹੇ ਮਹਾਰਾਜ, ਜਿੰਨੇ ਵੀ ਰੰਗ ਨੇ, ਜਿੰਨੇ ਵੀ ਰੂਪ ਨੇ, ਸਾਰਿਆਂ 'ਚ ਤੂੰ ਹੈ। ਕੋਈ ਕਾਲਾ, ਪੀਲਾ, ਚਿੱਟਾ, ਨੀਲਾ, ਜਿੰਨੇ ਵੀ ਰੰਗ ਨੇ, ਭਾਵੇਂ ਉਹ ਸਰੀਰਾਂ ਦੇ ਵੀ ਰੰਗ ਹੋਣ, ਉਹ ਸਾਰੇ ਤਰ੍ਹਾਂ ਤਰ੍ਹਾਂ ਦੇ ਸਰੀਰਾਂ ਦੇ ਰੰਗਾਂ ਦੇ ਰੂਪ ਕਹਿੰਦੇ ਨੇ ਆਕਾਰਾਂ ਨੂੰ।
ਕਹਿੰਦੇ ਸਾਰੇ ਆਕਾਰਾਂ ਦੇ ਵਿੱਚ ਜਿੰਨੇ ਵੀ ਸਰੀਰ ਹਨ, ਕੋਈ ਲੰਮਾ ਹੈ, ਕੋਈ ਮਧੁਰਾ ਹੈ, ਕੋਈ ਦਰਮਿਆਨਾ ਹੈ, ਜਿੰਨੀਆਂ ਵੀ ਜੂਨ ਜਾਤੀਆਂ ਹਨ, ਸਾਰਿਆਂ ਦੀਆਂ ਸੂਪਾਂ ਦੇਹਾਂ ਦੇ ਵਿੱਚ ਵੀ ਮਹਾਰਾਜ ਤੂੰ ਹੀ ਵਸਿਆ ਹੈ। ਸਭ ਰੰਗਾਂ ਦੇ ਵਿੱਚ ਵੀ ਵਾਹਿਗੁਰੂ ਤੂੰ ਹੈ, ਤੂੰ ਹੈ ਤੋਂ ਭਾਵ ਤੂੰ ਹੀ ਤੂੰ ਹੈ, ਤੇਰੇ ਤੋਂ ਬਗੈਰ ਹੋਰ ਮਹਾਰਾਜ ਕੋਈ ਵੀ ਨਹੀਂ ਹੈ। ਗੁਰੂ ਕਲਗੀਧਰ ਮਹਾਰਾਜ ਜਦੋਂ ਪਾਉਂਟਾ ਸਾਹਿਬ ਦੇ ਪਾਵਨ ਅਸਥਾਨ ਜਮੁਨਾ ਦੇ ਕੰਢੇ ਚੌਂਕੜਾ ਮਾਰ ਬਰਾਜੇ ਸਨ ਅਤੇ ਅਕਾਲ ਉਸਤਤ ਦੀ ਬਾਣੀ ਲਿਖਾਉਂਦਿਆਂ ਤੋਹੀ ਸ਼ਬਦ ਆਇਆ ਅਤੇ ਫਿਰ ਤੋਹੇ 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 ਤੋਹੇ, ਇਹੀ ਧੁਨੀ ਮਹਾਰਾਜ ਸਾਹਿਬ ਜੀ ਨੇ ਲਾਏ। ਗਰੀਬ ਨਵਾਬ ਸਾਹਿਬ ਦੀ ਸਮਾਧੀ ਲੱਗ ਗਈ ਅਤੇ ਤੂੰ ਤੂੰ ਦੀ ਆਵਾਜ਼ ਆਉਂਦੀ ਰਹੀ ਅਤੇ ਸਾਹਿਬਾਂ ਨੇ ਜਦੋਂ ਵੇਖਿਆ, ਪੁੱਛਿਆ ਭਾਈ ਮਨੀ ਸਿੰਘ ਕਿੰਨੀ ਜਰਾਂ ਲਿਖਿਆ ਗਿਆ, ਗਿਣਿਆ, ਕਹਿੰਦੇ ਮਹਾਰਾਜ ਇਹ ਤਾਂ 16,000 ਵਾਰ ਹੋ ਗਿਆ। ਸਾਹਿਬ ਕਹਿੰਦੇ ਵੀ ਹਰ ਇੱਕ ਨੂੰ ਪੜ੍ਹਨਾ ਔਖਾ ਲੱਗੂਗਾ, ਉਚਾਰਨ ਕਰਨਾ ਔਖਾ ਹੋਊਗਾ, ਤੂੰ ਹੀ ਜੇ 16,000 ਵਾਰ ਕਹਿਣਾ ਪਵੇ, ਤੋਹੀ ਤੋਹੀ ਤੋਹੀ, ਜਿਨ੍ਹਾਂ ਦੀ ਬਿਰਤੀ ਨਹੀਂ ਠਹਿਰੀ ਉਹ ਉਹਨਾਂ ਕੋਲ ਔਖਾ ਹੈ ਉਚਾਰਨ ਕਰਨਾ। ਮਹਾਰਾਜ ਕਹਿੰਦੇ ਫਿਰ 16 ਵਾਰ ਰਹਿਣ ਦਿਓ, ਇਹ ਜਿਹੜਾ 16 ਵਾਰ ਭਾਵਨਾ ਦੇ ਨਾਲ ਕਹਿ ਦੇਵੇਗਾ ਤੋਹੀ ਤੋਹੀ, ਉਹ 16 ਵਾਰ ਕਹਿਣ ਦੇ ਨਾਲ ਉਹਦੀ ਬਿਰਤੀ ਠਹਿਰ ਜਾਏਗੀ ਭਾਵਨਾ ਨਾਲ ਜਿਹੜਾ ਪੜ੍ਹੇਗਾ। ਇਹ ਤੂੰ ਹੀ ਜਾਂ ਤੂੰ ਹੈ ਜਾਂ ਤੂੰ ਹੀ, ਇਹ ਜਿੰਨੇ ਵੀ ਸ਼ਬਦ ਹੈ ਵੀ ਮਹਾਰਾਜ ਬਸ ਤੂੰ ਹੀ ਹੈ, ਤੇਰੇ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ, ਅਸੀਂ ਕੀ, ਅਸੀਂ ਤਾਂ ਕੁਝ ਵੀ ਨਹੀਂ ਹੈ। ਅਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇੱਥੇ ਉਹੀ ਭਜਨ ਕਰ ਰਹੇ ਆ ਵੀ ਤੂੰ ਹੈ ਕਿੱਥੇ ਆ, ਇਹ ਗਰੀਬਨ ਵਾਸ ਸੱਚੇ ਪਾਤਸ਼ਾਹ ਸਾਰਿਆਂ ਰੂਪਾਂ ਰੰਗਾਂ ਦੇ ਵਿੱਚ ਤੂੰ ਹੈ, ਤੂੰ ਹੀ ਹੈ ਮਹਾਰਾਜ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਮਹਾਰਾਜ ਸਾਹਿਬ ਜੀ ਉਹਨੂੰ ਆਪ ਜੀ ਨਾਮ ਦੀ ਦਾਤ ਬਖਸ਼ ਦਿੰਦੇ ਹੋ, ਜਿਹਦੇ ਉੱਤੇ ਆਪਣੀ ਨਜ਼ਰ ਮਿਹਰ ਭਰੇ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕਦੇ ਹੋ, ਜਾਂ ਉਹ ਬਖਸ਼ਿਆ ਜਾਂਦਾ, ਉਹਦੇ ਪਾਪ ਗੁਣਾ ਉਹਦੇ ਔਗਣ ਸਾਰੇ ਪਿਛਲੇ ਬਖਸ਼ ਲੈਂਦੇ ਹੋ, ਅੱਗੇ ਵਾਸਤੇ ਉਹਦਾ ਜੀਵਨ ਸੋਹਣਾ ਬਣਾ ਦਿੰਦੇ ਹੋ, ਚੋਰਾਂ ਠੱਗਾਂ ਨੂੰ ਮਹਾਰਾਜ ਸੰਤ ਬਣਾ ਦਿੰਦੇ ਹੋ, ਪਰ ਬਣਾਉਂਦੇ ਕਿਹਨੂੰ ਹੋ, ਜਿਹਦੇ 'ਤੇ ਤੁਹਾਡੀ ਮਿਹਰ ਭਰੀ ਦ੍ਰਿਸ਼ਟੀ ਹੋ ਜਾਵੇ। ਦ੍ਰਿਸ਼ਟੀ ਮਿਹਰ ਭਰੀ ਇੱਕ ਤਾਂ ਸੁਭਾਵਿਕ ਦ੍ਰਿਸ਼ਟੀ ਆਪਾਂ ਤੱਕਦੇ ਹਾਂ, ਜਿਵੇਂ ਕੋਈ ਬਹੁਤੇ ਜਾਣੇ ਇਕੱਠੇ ਹੋਏ ਹੋਣ ਨਾ, ਕਿਤੇ ਕੋਈ ਜੋੜ ਮੇਲਾ ਹੀ ਹੋਵੇ, ਮੰਨ ਲਓ ਆਪਾਂ ਵੇਖਦੇ ਹਾਂ ਵੀ ਬਹੁਤ ਮਾਈ ਭਾਈ ਆ, ਅਤੇ ਸੁਭਾਵਿਕ ਦ੍ਰਿਸ਼ਟੀ ਨਾਲ ਵੇਖਦੇ ਹਾਂ, ਅਤੇ ਜਦੋਂ ਕੋਈ ਅਚਾਨਕ ਸਾਨੂੰ ਲੱਗੇ ਵੀ ਜਾਣ ਪਛਾਣ ਵਾਲਾ, ਇੱਕਦਮ ਫਿਰ ਮੁੜ ਕੇ ਉਹਦੇ ਵੱਲ ਧਿਆਨ ਦੀ ਦ੍ਰਿਸ਼ਟੀ ਨਾਲ ਵੇਖਦੇ ਹਾਂ। ਇਵੇਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੁਭਾਵਿਕ ਦ੍ਰਿਸ਼ਟੀ ਤਾਂ ਸਭ 'ਤੇ ਪੈਂਦੀ ਆ ਗੁਰਮੁਖਾਂ ਮਨਮੁਖਾਂ 'ਤੇ, ਪਰ ਜਦੋਂ ਵਿਸ਼ੇਸ਼ ਕਰਕੇ ਮਹਾਰਾਜ ਸਾਹਿਬ ਜੀ ਕਿਸੇ ਵੱਲ ਵੇਖਦੇ ਆ ਨਾ, ਫਿਰ ਨਿਹਾਲ ਹੁੰਦਾ, ਜਦੋਂ ਵਿਸ਼ੇਸ਼ ਦ੍ਰਿਸ਼ਟੀ ਹੁੰਦੀ ਆ। ਇਹ ਮਹਾਰਾਜ ਜਦੋਂ ਤੁਸੀਂ ਕਿਰਪਾ ਦ੍ਰਿਸ਼ਟੀ ਕਰਦੇ ਹੋ ਜਿਹਦੇ ਉੱਤੇ, ਉਹਨੂੰ ਫਿਰ ਨਿਹਾਲ ਕਰ ਦਿੰਦੇ ਹੋ, ਨਦਰੋ ਨਦਰ ਬਖਸ਼ ਲੈਂਦੇ ਉਹਦੇ ਪਾਪ ਗੁਣਾ, ਰਹਾਉ ਵਿਸ਼ਰਾਮ ਦੇ ਕੇ ਹਜ਼ੂਰ ਜੀ ਫਰਮਾਉਂਦੇ ਹਨ। ਰਹਾਉ ਦਾ ਭਾਵ ਵਿਦਵਾਨ ਕੇਂਦਰੀ ਭਾਵ ਵੀ ਲੈਂਦੇ ਨੇ, ਜੋ ਰਹਾਉ ਦੀਆਂ ਪੰਕਤੀਆਂ ਵੀ ਬਾਕੀ ਸ਼ਬਦ ਵਿੱਚ ਉਹਦੀ ਵਿਆਖਿਆ ਹੈ। ਰਹਾਉ ਰਹਾ ਕੇ ਆਨੰਦ ਨਾਲ ਸਹਿਜ ਨਾਲ ਬਾਣੀ ਪੜ੍ਹਨ ਦਾ ਇਸ਼ਾਰਾ ਵੀ ਹੈ ਮਹਾਰਾਜ ਦਾ। ਪਾਤਸ਼ਾਹ ਜੀ ਇੱਕ ਹੋਰ ਅਲੰਕਾਰ ਵਰਤ ਕੇ ਤੇ ਜੀਵਾਂ ਨੂੰ ਸਮਝਾਉਂਦੇ ਹਨ ਵੀ ਜੇ ਕਈ ਕਿਸੇ ਬੀਬੀ ਦੀ ਸੱਸ ਬੁਰੀ ਹੋਵੇ, ਭੈੜੀ ਹੋਵੇ, ਤੇ ਉਹ ਆਪਣੀਆਂ ਜਾ ਕੇ ਸਖੀਆਂ ਨੂੰ ਕਹਿੰਦੀ ਆ ਨਾ ਵੀ ਇਹ ਸਖੀਓ ਸਹੇਲੀਓ, ਮੇਰੀ ਸੱਸ ਬੜੀ ਬੁਰੀ ਹੈ, ਕਹਿੰਦੇ ਵੀ ਘਰ ਦੇ ਵਿੱਚ ਮੈਨੂੰ ਵਸਣ ਨਹੀਂ ਦਿੰਦੀ ਸੁੱਖ ਦੇ ਨਾਲ, ਨਾ ਹੀ ਫਿਰ ਪਤੀ ਦੇ ਨਾਲ ਮੇਰਾ ਮੇਲ ਮਿਲਾਪ ਹੋਣ ਦਿੰਦੀ ਹੈ, ਤੇ ਮੈਨੂੰ ਹੀ ਬੁਰੀ ਭੈੜੀ ਬਣਾ ਛੱਡਿਆ, ਦੋਸ਼ ਆਰੋਪ ਆਰੋਪ ਕੇ ਵੀ ਮੇਰੇ ਵਿੱਚ ਹੀ ਔਗਣ ਹਨ। ਇਸੇ ਤਰ੍ਹਾਂ ਅੰਤਰੀ ਭਾਵ ਵਿੱਚ ਮਹਾਰਾਜ ਕਹਿੰਦੇ ਹਨ, ਇਸੇ ਪ੍ਰਕਾਰ ਦੇ ਨਾਲ ਜੋ ਬ੍ਰਹਮਾਕਾਰ ਰੂਪੀ ਬਿਰਤੀ ਹੈ, ਬ੍ਰਹਮਾਕਾਰ ਬਿਰਤੀ ਰੂਪ ਜਿਹੜੀ ਬੀਬੀ ਹੈ, ਸ਼ਰਧਾ ਤੇ ਭਗਤੀ ਰੂਪ ਆਪਣੀ ਸਖੀਆਂ ਨੂੰ ਗੁਰਮੁਖਾਂ ਨੂੰ ਕਹਿੰਦੀ ਹੈ ਵੀ ਜਿਹੜੀ ਸਾਸ ਬੁਰੇ, ਕਹਿੰਦੇ ਸੰਸੇ ਆਤਮਕ ਰੂਪੀ ਜਿਹੜੀ ਮੇਰੀ ਸੱਸ ਹੈ ਨਾ, ਸੰਸੇ ਆਤਮਕ ਭਾਵ ਜਿਹੜਾ ਅੰਦਰ ਸੰਸਾ ਪੈ ਜਾਣਾ, ਜੇ ਸੱਤ ਚੇਤਨ ਆਨੰਦ ਸਰੂਪ ਕੀ ਹੈ, ਉਹ ਸਾਡਾ ਆਤਮਾ ਹੈ,
कहिंदे भी सतचित आनंद स्वरूप आत्मा नूं ना मनदिया होया उते भरोसा ना करदिया होया जिहड़ी असत दुख जड़ रूप साडी देह है ना इहनूं ही सच मनना इह असंसे आत्मक बिरती भी देह नूं सच मन लेना भी यही आत्मा है ते आत्मा ते बिरती ना ठहरनी ते जदों आत्मा ते बिरती नहीं ठहरूगी फिर स्वरूप च किवें निवास होगा ते कहिंदे भी जिहड़ी संसे आत्मक बिरती रूपी मेरी सस है ना ये बड़ी बुरी कहिंदे पहाड़ी भैड़ी है घर वास ना देवै स्वै स्वरूप रूपी घर दे मेरा निवास नहीं आउण दिंदे पाप भी स्वरूप दे विच बिरती ठहर नहीं दिंदे शरीर दे उत्ते बिरती लगी रहिंदी है कहिंदे मैनूं ही बुरी भैड़ी बना छड्या है बेमुख कर छड्या है जो फिर पति अकाल पुरख वाहिगुरु है उहदे नाल कहिंदे मिलन नहीं दिंदे सतसंग जी सारे विद्वानां ने इन्हां भगतियां दे अर्थ कीते हन पर डॉक्टर वीर सिंह जी ने बड़ा सोहना लिखिया कहिंदे भी जदों आपां इहनूं होर ओपरी निगाह नाल अर्थ कर दिंदे आ ते समझ नहीं पैंदी जदों थोड़ा विचार के वेखदे आ ਵੀ ਸੱਸ ਜਿਹੜੀ ਹੈ ਉਹ ਤੋਂ ਭਾਵ ਹੈ ਵਹੁ ਜਿਹੜਾ ਘਰ ਵਾਲਾ ਹੈ ਵਹੁਟੀ ਦਾ ਉਹਦੀ ਮਾਂ ਅਤੇ ਇੱਥੇ ਪਤੀ ਕਿਹਨੂੰ ਕਿਹਾ ਹੈ ਪਤੀ ਤਾਂ ਕਿਹਾ ਹੈ ਮਹਾਰਾਜ ਸਾਹਿਬ ਜੀ ਨੇ ਪਰਮੇਸ਼ੁਰ ਨੂੰ ਅਤੇ ਪਰਮੇਸ਼ੁਰ ਦੀ ਮਾਂ ਜਿਹੜੀ ਆ ਉਹ ਸੰਸੇ ਨਹੀਂ ਹੈ ਨਾ ਜਾਂ ਸੰਸੇ ਆਤਮਕ ਬਿਰਤੀ ਉਹ ਪਰਮੇਸ਼ੁਰ ਦੀ ਮਾਂ ਤਾਂ ਨਹੀਂ ਨਾ ਹੋ ਸਕਦੀ ਵਾਹਿਗੁਰੂ ਤਾਂ ਸਭ ਨੂੰ ਪੈਦਾ ਕਰਨ ਵਾਲਾ ਹੈ ਜਾਂ ਮਾਇਆ ਨੂੰ ਵੀ ਸੱਸ ਕਿਹਾ ਹੈ ਅਵਿਦਿਆ ਨੂੰ ਵੀ ਸੱਸ ਕਿਹਾ ਹੈ ਅਤੇ ਪਰ ਉਹ ਪਰਮੇਸ਼ੁਰ ਦੀ ਮਾਂ ਨਹੀਂ ਨਾ ਹੋ ਸਕਦੀ ਫਿਰ ਸਵਾਲ ਪੈਦਾ ਹੁੰਦਾ ਹੈ ਵੀ ਮਹਾਰਾਜ ਸਾਹਿਬ ਜੀ ਨੇ ਇੱਥੇ ਪਰਮੇਸ਼ੁਰ ਦੀ ਜਿਹੜੀ ਮਾਂ ਉਹ ਅਵਿਦਿਆ ਜਾਂ ਮਾਇਆ ਨੂੰ ਜਾਂ ਸੰਸੇ ਨੂੰ ਕਿਉਂ ਕਿਹਾ ਤਾਂ ਭਾਈ ਵੀਰ ਸਿੰਘ ਜੀ ਨੇ ਬੜਾ ਸੋਹਣਾ ਲਿਖਿਆ ਵੀ ਜਿਹੜੇ ਜੀਵ ਨੇ ਨਾ ਇਹਨਾਂ ਨੇ ਮਾਇਆ ਨੂੰ ਆਪਣੀ ਮਾਂ ਬਣਾ ਲਿਆ ਹੈ ਅਤੇ ਮਹਾਰਾਜ ਸਾਹਿਬ ਜੀ ਨਾ ਇਹਨਾਂ ਨੂੰ ਜਿੱਦਾਂ ਕੋਈ ਤਾਨਾ ਦੇਈਦਾ ਵੀ ਤੂੰ ਫਲਾਨੇ ਨੂੰ ਹੀ ਆਪਣਾ ਸਭ ਕੁਝ ਬਣਾਇਆ ਜਾ ਹੁਣ ਉਹਦੇ ਕੋਲ ਤਾਂ ਗੁਰੂ ਨਾਨਕ ਸਾਹਿਬ ਜੀ ਇੱਦਾਂ ਇੱਕ ਮਾਨੋ ਵੀ ਸਮਝਾ ਰਹੇ ਨੇ ਵੀ ਜਿੱਦਾਂ ਕੋਈ ਆ ਕੇ ਆਖੇ ਵੀ ਮਹਾਰਾਜ ਸਾਨੂੰ ਸਰੂਪ ਦਾ ਆਨੰਦ ਨਹੀਂ ਆ ਰਿਹਾ ਅਤੇ ਸਾਹਿਬ ਕਹਿੰਦੇ ਜਿਹੜੀ ਮਾਇਆ ਮਾਂ ਬਣਾਈ ਹੈ ਰੱਬ ਦੀ ਵੀ ਰੱਬ ਤੋਂ ਵੀ ਉੱਤੇ ਮਾਇਆ ਨੂੰ ਮੰਨੀ ਬੈਠੇ ਹੋ ਨਾ ਪਰਮੇਸ਼ੁਰ ਨੂੰ ਇੰਨਾ ਉੱਚਾ ਥੋੜ੍ਹਾ ਤੁਸੀਂ ਮੰਨਦੇ ਹੋ ਜਿੰਨਾ ਮਾਇਆ ਨੂੰ ਮੰਨਦੇ ਹੋ ਪਰਮੇਸ਼ੁਰ ਵਾਸਤੇ ਥੋੜ੍ਹਾ ਇੰਨਾ ਭੱਜ ਨੱਸ ਕਰਦੇ ਹੋ ਰਾਤ ਦਿਨ ਜਿੰਨੀ ਮਾਇਆ ਵਾਸਤੇ ਕਰਦੇ ਹੋ ਪਰਮੇਸ਼ੁਰ ਵਾਸਤੇ ਮਰਨ ਮਰਾਉਣ ਤੀਕਰ ਥੋੜ੍ਹਾ ਜਾਂਦੇ ਹੋ ਜਿੰਨਾ ਮਾਇਆ ਵਾਸਤੇ ਮਰਨ ਮਰਾਉਣ ਤੀਕਰ ਚਲੇ ਜਾਂਦੇ ਹੋ ਭਾਵ ਇਹ ਹੋ ਗਿਆ ਵੀ ਹੈ ਤਾਂ ਪਰਮੇਸ਼ੁਰ ਸਭ ਤੋਂ ਉੱਤਮ ਸੀ ਪਰ ਸਾਹਿਬ ਜੀ ਇਹ ਇੱਥੇ ਦ੍ਰਿਸ਼ਟਾਂਤ ਦੇ ਰਹੇ ਹੈ ਵੀ ਤੁਸੀਂ ਇਸ ਮਾਇਆ ਨੂੰ ਰੱਬ ਦੀ ਵੀ ਮਾਂ ਬਣਾ ਕੇ ਉਹ ਤੋਂ ਵੀ ਵੱਡੀ ਮੰਨਿਆ ਫਿਰ ਦੱਸੋ ਇਹ ਹੁਣ ਜਿਹੜੀ ਮਾਇਆ ਮਾਂ ਬਣਾਈ ਹੈ ਇਹ ਅਕਾਲ ਪੁਰਖ ਵਾਹਿਗੁਰੂ ਪਤੀ ਨਾਲ ਤੁਹਾਡਾ ਮੇਲ ਕਿਵੇਂ ਹੋਣ ਦੇਵੇ ਨਹੀਂ ਹੋਣ ਦੇਵੇਗੀ ਸੋ ਭਾਵ ਇਹ ਹੈ ਵੀ ਸਾਸ ਬੁਰੇ ਜਿਹੜੀ ਲੋਕਾਂ ਨੇ ਮਾਂ ਮੰਨੀ ਹੈ ਮਾਇਆ ਮਾਇਆ ਰੂਪੀ ਸੱਸ ਕਹਿੰਦੇ ਬੜੀ ਬੁਰੀ ਭੈੜੀ ਹੈ ਘਰ ਵਾਸ ਨਾ ਦੇਵੈ ਇਹ ਮਨੁੱਖ ਨੂੰ ਅੰਤਰਮੁਖ ਬਿਰਤੀ ਹੋਣ ਰੂਪੀ ਘਰ ਦੇ ਵਿੱਚ ਵਸਣ ਨਹੀਂ ਦਿੰਦੀ ਮਾਇਆ ਨਾਲ ਬਿਰਤੀ ਅੰਦਰ ਨਹੀਂ ਠਹਿਰਦੀ ਚੰਚਲ ਹੁੰਦਾ ਮਨ ਬਾਹਰ ਭਟਕਦਾ ਹੈ ਮਨ ਦੇ ਵਿੱਚ ਹੋਰ ਚੰਚਲਤਾ ਹੀ ਆਉਂਦੀ ਹੈ ਫਿਰ ਸਿਉਂ ਮਿਲਣ ਨਾ ਦੇ ਬੁਰੀ ਕਹਿੰਦੇ ਫਿਰ ਪਤੀ ਅਕਾਲ ਪੁਰਖ ਵਾਹਿਗੁਰੂ ਨਾਲ ਤਾਂ ਬਿਲਕੁਲ ਨਹੀਂ ਮਿਲਣ ਦਿੰਦੀ ਭਾਵ ਮਾਇਆ ਰੱਬ ਚੇਤੇ ਆਉਣ ਹੀ ਨਹੀਂ ਦਿੰਦੀ ਪੈਸਾ ਪੈਸਾ ਹਾਏ ਪੈਸਾ ਜੀਵ ਕਰਦਾ ਏ ਇਸੇ ਕਰਕੇ ਬੁਰੀ ਭੈੜੀ ਇਹ ਜੀਵ ਦੀ ਹਾਲਤ ਹੁੰਦੀ ਹੈ ਸਾਹਿਬ ਜੀ ਕਹਿੰਦੇ ਵੀ ਮੈਂ ਆਪਣੀ ਜੋ ਸ਼ਰਧਾ ਰੂਪੀ ਸਖੀਆਂ ਨੇ ਅਤੇ ਭਗਤੀ ਵਾਲੀਆਂ ਜਿਹੜੀਆਂ ਸੱਜਣੀਆਂ ਸਹੇਲੀਆਂ ਨੇ ਉਹਨਾਂ ਦੇ ਚਰਨਾਂ ਨੂੰ ਸਰੇਵ ਸੇਵਦੀ ਹਾਂ ਭਾਵ ਉਹਨਾਂ ਨੂੰ ਮੈਂ ਪੁੱਛਦੀ ਹਾਂ ਬੇਨਤੀ ਕਰਦੀ ਹਾਂ ਵੀ ਤੁਸੀਂ ਦੱਸੋ ਕਿਵੇਂ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਪਤੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸੁੱਖ ਦੇ ਨਾਲ ਵੱਸਦੀਆਂ ਹੋ ਮੇਰਾ ਤਾਂ ਵਾਸਾ ਹੀ ਨਹੀਂ ਹੁੰਦਾ ਤਾਂ ਇਹ ਮੈਂ ਬੇਨਤੀ ਕਰਦੀ ਹਾਂ ਵੀ ਮੇਰੇ 'ਤੇ ਦਇਆ ਕਰਕੇ ਮੈਨੂੰ ਉਪਦੇਸ਼ ਦੇਵੋ ਤਦੋਂ ਉਹਨਾਂ ਨੇ ਇਹ ਸਮਝਾਇਆ ਵੀ ਜਦੋਂ ਤੂੰ ਅਕਾਲ ਪੁਰਖ ਵਾਹਿਗੁਰੂ ਜੋ ਪਤੀ ਪਰਮੇਸ਼ਰ ਹੈ ਉਹਦੇ ਉੱਤੇ ਪੂਰਨ ਸ਼ਰਧਾ ਧਾਰਨ ਕਰੇਂਗੀ ਤਾਂ ਮਾਇਆ ਰੂਪੀ ਜਿਹੜੀ ਸੱਸ ਹੈ ਇਹ ਤੇਰਾ ਕੁਝ ਵਿਗਾੜ ਨਹੀਂ ਸਕਦੇ ਕਿਉਂਕਿ ਹਰ ਗੁਰ ਜੋ ਹਰੀ ਸਰੂਪ ਗੁਰੂ ਹਨ ਸਤਿਗੁਰੂ ਜੀ ਹਨ
ਉਹਨਾਂ ਦੀ ਸ਼ਰਨ ਦੇ ਵਿੱਚ ਪੈ ਜਾ, ਕਿਉਂਕਿ ਸਤਿਗੁਰੂ ਕਿਰਪਾ ਕਰਕੇ ਮਿਲਣ ਵਾਲਾ ਹੈ ਅਤੇ ਗੁਰੂ ਮੇਲ ਦਿੰਦਾ ਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਸੀਂ ਜਦੋਂ ਸ਼ਰਧਾ ਭਾਵਨਾ ਵਾਲੇ ਗੁਰਮੁਖ ਪਿਆਰਿਆਂ ਸੰਤਾਂ ਭਗਤਾਂ ਦੀ ਸ਼ਰਨ ਪਏ, ਭਾਵ ਉਹਨਾਂ ਅੱਗੇ ਬੇਨਤੀ ਕੀਤੀ ਤੇ ਉਹਨਾਂ ਨੇ ਗੁਰੂ ਦੇ ਕੋਲ ਭੇਜਿਆ, ਤੇ ਜੋ ਹਰੀ ਸਰੂਪ ਗੁਰੂ ਸਾਹਿਬ ਜੀ ਹਨ ਉਹਨਾਂ ਨੇ ਕਿਰਪਾ ਕੀਤੀ, ਮਿਹਰ ਦੀ ਦ੍ਰਿਸ਼ਟੀ ਕੀਤੀ ਤੇ ਮਾਇਆ ਦਾ ਸੰਸਿਆਤਮਕ ਬਿਰਤੀ ਦਾ ਅਵਿਦਿਆ ਦਾ ਸਾਡੇ ਤੋਂ ਪ੍ਰਭਾਵ ਖਤਮ ਹੋ ਗਿਆ, ਵਾਹਿਗੁਰੂ ਪਤੀ ਨਾਲ ਸਾਡਾ ਮਿਲਾਪ ਹੋ ਗਿਆ। ਭਾਵ ਇਹੀ ਹੈ ਵੀ ਗੁਰੂ ਦੀ ਸ਼ਰਨ ਪਿਆ ਹੀ ਵਾਹਿਗੁਰੂ ਮਿਲਦਾ ਹੈ। ਸਤਿਗੁਰੂ ਜੀ ਕਹਿੰਦੇ ਵੀ ਅਸੀਂ ਆਪਣਾ ਅਨੁਭਵ ਦੱਸਦੇ ਹਾਂ ਭਾਈ, ਪਰਮੇਸ਼ਵਰ ਰੂਪ ਹਨ ਮਹਾਰਾਜ, ਪਰ ਸਾਨੂੰ ਸਮਝਾਉਣ ਦੇ ਲਈ ਗਰੀਬ ਨੂੰ ਰਾਜ ਦੱਸਦੇ ਨੇ। ਕਹਿੰਦੇ ਜਦੋਂ ਅਸੀਂ ਨਾ ਆਪਣੇ ਮਨ ਨੂੰ ਮਾਰਿਆ, ਮਾਰ ਮਨ, ਮਨ ਮਾਰਿਆ ਨਾ, ਮਨ ਮਾਰਨਾ ਕੀ ਹੈ, ਮਨ ਤਰ੍ਹਾਂ ਤਰ੍ਹਾਂ ਦੇ ਸੰਕਲਪ ਕਲਪ ਉਠਾਉਣੋਂ ਨਹੀਂ ਹਟਦਾ, ਮਨ ਵਿੱਚ ਭੈੜੇ ਭੈੜੇ ਖਿਆਲ ਆਉਂਦੇ ਹਨ, ਕਾਮ ਮੰਦ ਦ੍ਰਿਸ਼ਟੀ ਦੀ ਭਾਵਨਾ ਵੀ ਮਨ ਦੇ ਵਿੱਚ ਜਾਗਦੀ ਹੈ। ਤੇ ਕਹਿੰਦੇ ਜਦੋਂ ਮਨ ਨੂੰ ਮਾਰਿਆ ਨਾ, ਭਾਵ ਮਨ ਦੇ ਮੰਦੇ ਸੁਭਾਅ ਨੂੰ ਮਾਰਿਆ, ਤੇ ਆਪ ਵਿਚਾਰ ਤੇ ਆਪਣੇ ਸਵੈ ਸਰੂਪ ਦੀ ਵਿਚਾਰ ਕੀਤੀ ਵੀ ਮੈਂ ਹੁਣ ਤੀਕਰ ਕੀਤਾ ਕੀ ਹੈ, ਮੈਂ ਜੰਮਿਆ ਕਦੋਂ ਦਾ ਹਾਂ, ਮੈਨੂੰ ਹੋਸ਼ ਕਦੋਂ ਦੀ ਆਈ ਹੈ, ਤੇ ਜਦੋਂ ਦੀ ਹੋਸ਼ ਸੰਭਾਲੀ ਆ ਉਦੋਂ ਮੈਂ ਉਦੋਂ ਦਾ ਕਮਾਈ ਕੀਤੀ ਤਾਂ ਕੀਤੀ ਕੀ ਹੈ, ਵੀ ਜੀਵਨ ਹੁਣ ਤੀਕਰ ਮੇਰਾ ਜਿਹੜਾ ਇਹ ਲੱਗਾ ਕਿਸ ਲੇਖੇ ਹੈ। ਕਹਿੰਦੇ ਇਹਨੂੰ ਆਪ ਪੜਚੋਲਿਆ, ਵਿਚਾਰ ਕੀਤੀ ਵੀ ਮਨਾ ਤੂੰ ਤਾਂ ਕਮਾਇਆ ਹੀ ਕੁਝ ਨਹੀਂ, ਐਵੇਂ ਕਹਿੰਦਾ ਰਿਹਾ ਮੈਂ ਘਰ ਬਣਾ ਲਿਆ, ਮੈਂ ਪੜ੍ਹ ਲਿਖ ਗਿਆ, ਮੈਂ ਬੱਚੇ ਪੜ੍ਹਾ ਲਏ, ਮੈਂ ਉਹ ਵੀ ਕਰ ਲਿਆ। ਕਹਿੰਦੇ ਜਿਹੜਾ ਕਰਨ ਆਇਆ ਸੀ ਉਹਦੇ ਕੰਮ ਹੀ ਨਹੀਂ ਕੀਤਾ, ਪਰਮੇਸ਼ਰ ਦਾ ਨਾਮ ਜਪਣਾ ਸੀ। ਜਦੋਂ ਆਪਾਂ ਵਿਚਾਰਿਆ, ਕਹਿੰਦੇ ਮਨ ਦੇ ਮੰਦੇ ਸੁਭਾਅ ਨੂੰ ਮਾਰਿਆ, ਤੇ ਫੇਰ ਕੀ ਹੋਇਆ, ਦੇਖਿਆ ਅਕਾਲ ਪੁਰਖ ਵਾਹਿਗੁਰੂ ਨੂੰ। ਸਰਮੀ ਰੂਪੀ ਰੰਗੀ ਜੋ ਪਿੱਛੇ ਕਹਿ ਦਿੱਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਸਭ ਦੇ ਵਿੱਚ ਦ੍ਰਿਸ਼ਟਾ ਰੂਪ ਹੋ ਕੇ ਵਸਦੇ ਨੂੰ ਵੇਖ ਲਿਆ, ਉਸ ਵਾਹਿਗੁਰੂ ਦੇ ਦਰਸ਼ਨ ਹੋ ਗਏ। ਵਾਹਿਗੁਰੂ ਦੇ ਦਰਸ਼ਨ ਕਰਕੇ ਸਾਡੇ ਮੁਖੋਂ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਇਹੋ ਬੇਨਤੀ ਨਿਕਲੀ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਵਰਗਾ ਮੀਤ ਮਿੱਤਰ ਹੋਰ ਕੋਈ ਨਹੀਂ ਹੈ, ਤੂੰ ਮਾਤਾ ਦੇ ਉਧਰ ਦੇ ਵਿੱਚ ਜਦੋਂ ਪਲੀ ਦਾ ਉੱਥੋਂ ਦਾ ਵੀ ਮਹਾਰਾਜ ਤੂੰ ਮਿੱਤਰ ਹੈ, ਸੰਸਾਰ ਦਾ ਵੀ ਮਹਾਰਾਜ ਤੂੰ ਹੀ ਸੱਜਣ ਹੈ, ਪਰ ਲੋਕ ਦਾ ਵੀ ਮਹਾਰਾਜ ਤੂੰ ਹੀ ਸੰਗੀ ਸਾਥੀ ਹੈ, ਤੇਰੇ ਵਰਗਾ ਮਿੱਤਰ ਹੋਰ ਕੋਈ ਨਹੀਂ ਹੈ। ਦੁਨੀਆਂ ਮਿੱਤਰ ਬਣਾਉਂਦੀ ਹੈ, ਸਾਂਝਾ ਪਾਉਂਦੀ ਹੈ, ਦੋਸਤ ਮਿੱਤਰ ਬਣਦੇ ਹਨ, ਪਰ ਮਿੱਤਰ ਦੋਸਤ ਅਸੀਂ ਉਹਨੂੰ ਬਣਾਉਂਦੇ ਹਾਂ ਜਿਹੜੇ ਹਰ ਕੋਈ ਇੱਕ ਦੂਜੇ ਨਾਲ ਆਪੋ ਆਪਣੀਆਂ ਲੋੜਾਂ ਕਰਕੇ ਜੁੜੇ ਹਨ। ਅਸੀਂ ਵੀ ਕਿਸੇ ਨਾਲ ਆਪਣੀ ਲੋੜ ਕਰਕੇ ਜੁੜਦੇ ਹਾਂ, ਸਾਹਮਣੇ ਵਾਲਾ ਵੀ ਆਪਣੀ ਲੋੜ ਦੇ ਹਿਸਾਬ ਨਾਲ ਜੁੜਦਾ ਹੈ। ਅਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਅਸਲੀ ਸੱਜਣ ਸੀ, ਮਿੱਤਰ ਸੀ, ਉਹਨੂੰ ਅਸੀਂ ਆਪਣਾ ਮਿੱਤਰ ਬਣਾਇਆ ਹੀ ਨਹੀਂ, ਜਿਹਨੂੰ ਮਹਾਰਾਜ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਹੜਾ ਸੱਜਣ ਸੱਚਾ ਪਾਤਸ਼ਾਹ ਵਾਹਿਗੁਰੂ ਹੈ, ਉਹਦੇ ਵਰਗਾ ਮਿੱਤਰ ਕੋਈ ਨਹੀਂ, ਦੋਸਤ ਕੋਈ ਨਹੀਂ, ਫਰੈਂਡ ਕੋਈ ਨਹੀਂ, ਉਹਦੇ ਵਰਗਾ ਕੋਈ ਆਪਣਾ ਨਹੀਂ ਹੈ, ਅਤੇ ਉਹਨੂੰ ਆਪਣਾ ਅਸੀਂ ਬਣਾਉਂਦੇ ਨਹੀਂ। ਸਾਹਿਬ ਕਹਿੰਦੇ ਹੇ ਵਾਹਿਗੁਰੂ ਤੇਰੇ ਵਰਗਾ ਮਿੱਤਰ ਮੇਰੀ ਨਿਗਾਹ ਦੇ ਵਿੱਚ ਤਾਂ ਹੋਰ ਕੋਈ ਨਹੀਂ ਹੈ, ਤੇਰੇ ਵਰਗਾ ਕੋਈ ਦੋਸਤ ਨਹੀਂ ਹੋ ਸਕਦਾ। ਜੇ ਵਾਹਿਗੁਰੂ ਜੀ ਤੁਸੀਂ ਰੱਖਦੇ ਹੋ ਨਾ, ਉਸੇ ਤਰ੍ਹਾਂ ਹੀ ਸਾਡਾ ਜੀਵਾਂ ਦਾ ਰਹਿਣਾ ਹੁੰਦਾ ਹੈ, ਉਸੇ ਤਰ੍ਹਾਂ ਰਹਿਣਾ ਪੈਂਦਾ ਜਿਵੇਂ ਮਹਾਰਾਜ ਤੁਹਾਡੀ ਆਗਿਆ ਹੋਵੇ, ਜਿਵੇਂ ਤੁਸੀਂ ਰੱਖੋ ਅਸੀਂ ਕਰ ਕੀ ਸਕਦੇ ਹਾਂ। ਦੁੱਖ ਸੁੱਖ ਦੀ ਵਹਿ ਕਰਹੀ ਸੋਈ, ਜਾਂ ਜਿਉਂ ਤੂੰ ਰੱਖੇ, ਜਿਵੇਂ ਮਹਾਰਾਜ ਤੂੰ ਆਪਣੀ ਰਜਾ ਵਿੱਚ ਸਾਨੂੰ ਰਾਜੀ ਰੱਖੇ, ਜਿਵੇਂ ਵੀ ਰੱਖੇ ਅਸੀਂ ਖੁਸ਼ ਰਹੀਏ ਮਹਾਰਾਜ, ਤੇ ਵੀ ਰਹਿਣਾ ਸਾਡਾ ਉਸੇ ਤਰ੍ਹਾਂ ਹੀ ਆਨੰਦ ਦੇ ਨਾਲ ਹੀ ਰਹਿਣਾ ਹੋਵੇ, ਕਦੀ ਉਲਾਂਭਾ ਨਾ ਦਈਏ, ਕਿਉਂਕਿ ਦੁੱਖ ਸੁੱਖ ਦੇਵ ਹੈ ਕਰਹਿ ਸੋਈ, ਵੀ ਜੋ ਦੁੱਖ ਆਉਂਦਾ ਹੈ ਉਹ ਵੀ ਮਹਾਰਾਜ ਸਾਡੇ ਕਰਮਾਂ ਮੁਤਾਬਕ ਸਾਨੂੰ ਮਿਲਦਾ। ਵਾਹਿਗੁਰੂ ਜੇ ਕੋਈ ਦੁੱਖ ਦਿੰਦਾ ਉਹ ਵੀ ਸਾਡੇ ਕਰਮਾਂ ਮੁਤਾਬਕ, ਇੱਦਾਂ ਜਾਣ ਕੇ ਉਹਦੀ ਰਜਾ ਵਿੱਚ ਰਾਜੀ ਰਹੇ, ਸੁੱਖ ਆਵੇ ਤੇ ਚੰਬਲੇ ਨਾ, ਇਹ ਵੀ ਵਾਹਿਗੁਰੂ ਦੀ ਕਿਰਪਾ ਹੀ ਹੈ, ਵੀ ਸੁੱਖ ਲੈਣ ਵਾਲਾ ਸਾਡਾ ਤੇ ਕਰਮ ਕੋਈ ਨਹੀਂ ਹੈ।
इस तरह उस वाहेगुरु की आग्ञा दे विच ही अपना आप बतीत करे। जां महाराज कहिंदे सी तां इदां जाणदे आ वी जिहड़ा तूं दुख सुख दिंदा है ये साढ़े ही महाराज दुख सुख दे के दे पूर्वले चंगे माड़े कर्म नाश करदा है। इस करके असी आप जी की आग्ञा दे विच ही महाराज रहना करे करदे हाँ जी। आशा जड़ी लगी रहनी भी मैनू आ प्राप्त हो जाए वह प्राप्त हो जाए अते मनसा बुद्धि दियां जड़ियां वासनावां हन दो विनाशता ये दोवें साहिब जी कहिंदे नाश हो गईयां ने साडियां। ना साडे अंदर कोई दूर दी आशा है ना कोई बुद्धि दे अंदर वासना रह गई है। गल की भी जेड़ी त्रिहो गुण तीन गुण ने ना रजो तम सतो गुण ये तिना गुण वाली जेड़ी आस है ये माइकी आस ही है जेड़ी रजो तम सतो दे विच जीव लगा रहिंदा है। इन्हां वालों साडी जेड़ी बिरती है निराश पई निराश हो गई है भाव माया वाले पासे हुण साडा चित नहीं लगता संसार दे माइकी पदार्थ ये नहीं सानू हुण भाउंदे। तुरिया अवस्था गुरमुख पाई है कहिंदे जो तुरिया की है रजो तमो सतो गुण तो उपर दी अवस्था जिहड़ा रजो तमो सतो सतो अवस्था दा साखी रूप है भाव जिहड़ा तिना अवस्था दे विच अकाल पुरख वाहिगुरु साखी है जो परमेश्वर सारी सृष्टि दा मालक है वह चौथी अवस्था दे विच सदवी भूमिका दे विच बिरती पहुँचन करके प्राप्त हुंदा भाव वह अवस्था जिहड़ी मोह माया तो उपर है किवें प्राप्त हुंदी है कहिंदे गुरमुख पाई है गुरमुख बन के या मुखी जो गुरु साहब जी हैं मुखी गुरु साहब जी दे मुख दा जो वचन है वह वचन नूं कमाउण दे नाल तुरिया अवस्था प्राप्त हुंदी है। तुरिया अवस्था की है माया तो निर्लेपता प्राप्त होंदी है माया तो संसार तो शरीरां तो परामता पैदा होंदी है त्याग दी अवस्था गुरमुखां द्वारा प्राप्त होंदी जो आनंदमयी है। संत सभा की ओट लई इस करके भाई असी दे संत सभा की ओट लई है कोई संसार की किसी सभा की कोई कहिंदा भी ये लोक सभा है कोई कहिंदा ये विधान सभा है ये राज सभा है महाराज कहिंदे साडे वास्ते तां सब तों उत्तम संत सभा है जिथे संत रब दे प्यारे सुआसवा नाम जपण वाले बैठदे हन असी संत सभा दी भाव साध संगत दी ओड लैणा कीती है। ज्ञान ध्यान सगली सब जप तप ओदा जीव बहुत कमाई करदा है पर कहिंदे सारा कुछ सफल हो जांदा कदों हुंदा है जिहड़ा अलख अशुद्ध मन करके लखण तो रहत अकाल पुरख वाहिगुरु है अभेवा गुरु की शरण आए तो बगैर जिहदी प्राप्ति का भेद प्राप्त नहीं होंदा कहिंदे जिस हर हिरदे जिस दे हिरदे जो हरी अकाल पुरख वाहिगुरु वस गया ओहदा कहिंदे निर्गुण सरूप का ज्ञान सरगुण सरूप का ध्यान जिन्हें भी उन्हें किए हुए जप रसना करके तप शरीर करके वो सारे ही कहिंदे भी सफले हो गए ज्ञान ध्यान सगले सब जप तप कहिंदे सारे जप तप ज्ञान ध्यान उहदे सफले ने जिस हर हिरदा अलख अपेवा अलख अपेव हरी वाहिगुरु जी दे हिरदे दे विच वस गया भाव कोई भी कमाई धर्म संबंधी कीती तां ही सफली है जे परमेशर मिले जे वाहेगुरु दा मिलाप अनुभवी नहीं होया ते फिर तां सारा कुछ पखंड हो के रह गया। नानक राम नाम मन रत धन गुरु नानक देव पातशाह जी कहिंदे भी वाहेगुरु दा जो रमिया होया वाहेगुरु अकाल पुरख है उहदे नाम दे विच ही साडा तां मन भाई रत्या गया है साडा मन वाहेगुरु दे नाम विच एकमिक हो गया है। गुरमत पाई सहज सेवा असी दे गुरु अकाल पुरख दी मत दे द्वारा सहज सेवा प्राप्त कीती है सहज सेवा की है सहज सुते ही कहिंदे आप भी जपदे हां
ਤੇ ਹੋਰਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਵੀ ਜਪੋ ਵਾਹਿਗੁਰੂ 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 ਪਰਮੇਸ਼ਰ ਦੇ ਨਾਮ ਜਪਣ ਵਿੱਚ ਸਾਡਾ ਮਨ ਰਤਿਆ ਗਿਆ, ਇੱਕਮਿੱਕ ਹੀ ਹੋ ਗਿਆ ਹੈ। ਗੁਰਮਤਿ ਪਾਏ ਸਹਿਜ ਸੇਵਾ ਦੇ ਗੁਰੂ ਦੀ ਮਤ ਸਿੱਖਿਆ ਦੁਆਰਾ ਅਸੀਂ ਸਹਿਜ ਸੇਵਾ ਪ੍ਰਾਪਤ ਕੀਤੀ ਹੈ। ਸਹਿਜ ਸੇਵਾ, ਸੇਵਾ ਕਰਕੇ ਕਹਿੰਦੇ ਸਹਿਜ ਗੁਰੂ ਦੀ ਮਤ ਦੁਆਰਾ ਗਿਆਨ ਪ੍ਰਾਪਤ ਕੀਤਾ ਹੈ। ਸਹਿਜ ਨਾਮ ਗਿਆਨ ਦਾ ਵੀ ਹੈ ਵੀ ਮਹਾਰਾਜ ਦੀ ਜੋ ਸੇਵਾ ਕੀਤੀ, ਗੁਰੂ ਸਾਹਿਬ ਦਾ ਨਾਮ ਜਪਿਆ, ਨਾਮ ਜਪਾਇਆ, ਇਹ ਸੇਵਾ ਦੁਆਰਾ ਸਹਿਜ ਗਿਆਨ ਪ੍ਰਾਪਤ ਕੀਤਾ ਹੈ। ਧੰਨ ਸਾਹਿਬ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਮ ਪਵਿੱਤਰ ਉਪਦੇਸ਼, ਜਿਹਦੇ ਵਿੱਚ ਸਰੀਰ ਨਾਸ਼ਵੰਤ ਹੈ ਅਤੇ ਜਿੰਨਾ ਚਿਰ ਸੰਸਾਰ ਵਾਲੇ ਪਾਸੇ ਜੁੜੇ ਰਹਿੰਦੇ ਹਾਂ ਉਹਨਾਂ ਚਿਰ ਸਾਡੀ ਜਿੰਦ, ਸਾਡੀ ਬੁੱਧ ਦੁੱਖ ਪਾਉਂਦੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਉਹਨਾਂ ਚਿਰ ਨਹੀਂ ਹੋਵੇਗਾ ਜਿੰਨਾ ਚਿਰ ਮਾਇਆ ਨੂੰ ਮਾਂ ਬਣਾਇਆ ਹੈ ਜੀਵਾਂ ਨੇ। ਜਦੋਂ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਾਂਗੇ ਪਰਮੇਸ਼ਰ ਦੇ ਨਾਲ, ਉਦੋਂ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਨਾਮ ਦਾ ਉਪਦੇਸ਼ ਹੀ ਹੈ ਸਾਹਿਬ ਜੀ ਸਾਰੇ ਗੁਰਬਾਣੀ ਦੇ ਵਿੱਚ ਉਦਾਹਰਣਾਂ ਦੇ ਕੇ, ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ ਅਤੇ ਨਿਚੋੜ ਇਹੀ ਕੱਢਦੇ ਨੇ ਹਮੇਸ਼ਾ ਵੀ ਪਰਮੇਸ਼ਰ ਦਾ ਨਾਮ ਜਪੋ ਭਾਈ,
नाम तो बगैर कल्याण नहीं होनी, नाम जपण तो बगैर गत नहीं होनी, नाम जपे तो बगैर कथा कीर्तन सरवण कीता भी साडा सुखदाई नहीं हो सकता जे असी परमेश्वर का नाम नहीं जपते। महाराज जी की गुरबाणी अगाध बोध है। गरीब नवाज साहब के पवित्र गुरबाणी के विचार करदे हां, अनेक भुलां गलतियां होईयां, गुरु साहब ते गुरु की संगत बख्शण हार है, बख्श लैणा बाणी गुरु, गुरु है बाणी विच बाणी अमृत सारे, गुरबाणी कहे सेवक जन माने प्रतख गुरु निस्तारे। ज्ञान ध्यान सबली सब जप तप जिस हर हृदय अलख पीवा, नानक राम नाम मन रत गुर मत पाई सहज सेवा।